ਤੇ ਹੁਣ ਦੋ ਮੁੰਡੇ ਹੁਣ ਮੈਂ ਕਿਹਾ ਯਾਰ ਬੱਚੇ ਆ ਆਰੀਅਨ ਲੁੱਕ ਅਬਲਿੰਗਾ ਡਨ ਜੇ ਤੂੰ ਆਉਂਦਾ ਥੋੜੀ ਮੁਸ਼ਕਲਾਂ ਜ਼ਿਆਦਾ ਵੱਧਣੀਆਂ ਸੀਗੀਆਂ ਅਗਲੀ ਵਾਰ ਤੂੰ ਪਰ ਨੈਕਸਟ ਟਾਈਮ ਦੇਖਾਂਗੇ ਜਦੋਂ ਵੀ ਆਉਂਦਾ ਨੈਕਸਟ ਟਾਈਮ ਪਰ ਫਾਈਨਲੀ ਅਸੀਂ ਕਰ ਦਿੱਤਾ ਇੱਧਰ ਵੀ ਆ ਮਨਸ਼ੂ ਆਹ ਦੇਖੋ ਜੀ ਅਤੇ ਇੱਧਰ ਆਕਸੀਜਨ ਦਾ ਲੈਵਲ ਬਹੁਤ ਲੋ ਆ ਫਿਰ ਵੀ ਫਾਈਨਲੀ ਪਹੁੰਚ ਗਏ ਹਾਂ ਆਹ ਦੇਖੋ ਇੱਥੇ ਬੈਠਣ ਲਈ ਬਣਾਇਆ ਗਿਆ ਟੱਚ ਐਂਡ ਫ੍ਰੀ ਬੈਠਣ ਲਈ ਜੇ ਤੁਹਾਨੂੰ ਆਕਸੀਜਨ ਦੀ ਥੋੜ੍ਹੀ ਡਿਫੀਕਲਟੀ ਆ ਰਹੀ ਆ ਤਾਂ ਤੁਸੀਂ ਇੱਥੇ ਬੈਠ ਸਕਦੇ ਹਾਂ ਇੱਥੇ ਬੈਠ ਕੇ ਬਣਾ ਆਪਣੇ ਆਕਸੀਜਨ ਦਾ ਲੈਵਲ ਕੰਪਲੀਟ ਕਰ ਸਕਦੇ ਹਾਂ ਆਕਸੀਜਨ ਦਿੱਕਤ ਇੱਥੇ ਕਾਫੀ ਆ ਅਤੇ ਲੁੱਕ ਇੱਥੋਂ 26 ਕਿਲੋਮੀਟਰ ਰਹਿੰਦਾ ਆ ਡੈਮ ਚੌਕ ਉੱਥੇ ਪਰਮਿਸ਼ਨ ਹੈ ਨਹੀਂ ਗੀ ਅਤੇ ਇਸ ਕਰਕੇ ਪ੍ਰੋਬਲਮ ਆ ਚਾਹ ਪਾਣੀ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਵਾਪਸੀ ਦੀ ਤਿਆਰੀ ਆ ਵਾਪਸੀ 2-2 ਘੰਟੇ ਲੱਗੂਗੇ ਪਰ ਇੰਨੀ ਠੰਡ ਇੱਥੇ ਹੈਗੀ ਆ ਨਾ ਕੰਟਰੋਲੇਬਲ ਨਹੀਂ ਹੈਗੀ ਠੰਡ ਬਹੁਤ ਠੰਡ ਆ ਫਿਲਹਾਲ ਹੁਣ ਡਨ ਕਰ ਦਿੱਤਾ ਸੀ ਫਤਿਹ ਹਾਸਿਲ ਕਰਦੀ ਆ ਬਾਬਾ ਜੀ ਨੇ ਪਹੁੰਚਾ ਦਿੱਤਾ ਆ ਅਸੀਂ ਸੋਚਿਆ ਨਹੀਂ ਸੀ ਕਿ ਇੱਥੇ ਪਹੁੰਚ ਜਾਵਾਂਗੇ ਬਾਬਾ ਜੀ ਦੇ ਨਾਂ ਲੈ ਕੇ ਤੁਰੇ ਸੀਗੇ ਬਾਬਾ ਜੀ ਨੇ ਫਤਿਹ ਹਾਸਿਲ ਕਰਾਈ ਆ ਉਹ ਕਹਿੰਦੇ ਨਾ ਜੇ ਤੁਸੀਂ ਸਹੀ ਚੱਲੇ ਆ ਬਾਬਾ ਜੀ ਨੇ ਚਾਹਿਆ ਕਿ ਤੁਹਾਨੂੰ ਫਤਿਹ ਮਿਲਣੀ ਆ ਅਤੇ ਉਹ ਮਿਲਣੀ ਆ ਚਾਹੇ ਤੁਸੀਂ ਨਾ ਵੀ ਚਾਹੋ ਤਾਂ ਵੀ ਤੁਹਾਨੂੰ ਬਾਬਾ ਜੀ ਨੇ ਫਤਿਹ ਕਰਵਾ ਦਿੱਤੀ ਪਹੁੰਚ ਗਏ ਆ ਰਿਹਾ ਅਤੇ ਅੰਦਰੋਂ ਇੰਨਾ ਵਧੀਆ ਫੀਲ ਹੋ ਰਿਹਾ ਨਾ ਖੁਸ਼ੀ ਵਾਲੇ ਆਸੂ ਕਹਿ ਸਕਦੇ ਹੋ ਆ ਰਹੇ ਆ ਹੁਣ ਆਪਾਂ ਵੀਡੀਓ ਜੋ ਦੱਸ ਨਹੀਂ ਸਕਦੇ ਪਰ ਬਹੁਤ ਵਧੀਆ ਹਾਸਿਲ ਅਚੀਵਮੈਂਟ ਹਾਸਿਲ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਮਜ਼ਾ ਇੰਨਾ ਆ ਰਿਹਾ ਨਾ ਜੀ